रोड में वैक्सीनेशन कैंप का आयोजन प्रधान एसएस बावा की अध्यक्षता में किया गया, जिसमें पहले तो लोगों ने वैक्सीन लगवाई लेकिन बाद में ये कैंप बंद हो गया और 18 से 44 वर्षीय लोग घंटों इंतजार करके वापस चले गए। ये क्यों हुआ पता नहीं, लेकिन एसएस बावा ने इसके चलते रोष अवश्य व्यक्त किया है। मैं इस वेले मिशन रोड से संत इकबाल सिंह जी के स्थापित गुरुद्वारे के आया हाँ। इतने गुरुद्वारा मैनेजमेंट ने व्यवस्था की है कैंप की, जिदे तहत इतने वैक्सीनेशन हो रही है। और मैं तो वैसे सेवा भावना इतने आया सी, लेकिन इतने आके पता चला कि जिहड़ा सरकार का सिस्टम है ना, उहदे च किते ना किते कोई कमियां ने। कोई गल जी शुरू की जाती है जिते बहुत सारे लोग सिरे आ गए, बच्चे लिया के एक भी 18 तो लग 44 तक या 45 तक जोड़े आ उन्होंने बच्चों की वैक्सीनेशन होएगी, और उन्होंने सारियां फिर घंटे दो घंटे बाद उसी तरह ही वापस मोड़ दिता और बड़े निमोझाने होकर उतों चले गए। यानी इस तरह के डिसीजन जोड़े 9 बजे कुछ हो रहा है, 10 बजे कुछ हो रहा है, तो 12 बजे कुछ हो रहा है, इस तरह के जो डिसीजन लिए जाते हैं ये एक लोगों के अंदर एक चंगा प्रभाव नहीं छड़ते। मैं मैनेजमेंट नूं यह कहांगा बड़ी दुखी है इस वेले कि भी लोग उन्होंने को आ रहे हैं तो उन्होंने ना करनी पै रही है। प्रशासन नूं कहांगा कि उन्होंने डिस्करेज ना करो, जिहड़े NGOs अगे आ के तुहाडे इस काम च अपना हिस्सा पाना चाहुंदी है, बल्कि उन्होंने एनकरेज करो ताकि इस काम नूं पूरी तरह से नेपरे चाढ़िया जाए। बहरहाल जो मैं महसूस किया है कि भाई NGO नूं जिस ढंग दे नाल उन्हां सर्विसिज़ लैनियां चाहीदियां ने ਉਹਦੇ ਵਿਚਕਾਰ ਅਤੇ ਉਸ ਪ੍ਰਸ਼ਾਸਨ ਦੇ ਵਿਚਕਾਰ ਕਿਤੇ ਬਹੁਤ ਵੱਡਾ ਗੈਪ ਹੈ। ਔਰ ਆਰਡਰ ਇਸ ਤਰ੍ਹਾਂ ਹੀ ਆਉਂਦੇ ਨੇ, ਜਿੱਦਾਂ ਉੱਪਰੋਂ ਆਰਡਰ ਆ ਗਿਆ ਜੀ ਸ਼ੁਰੂ ਹੈ, ਉੱਤੋਂ ਆਰਡਰ ਆ ਗਿਆ ਜੀ ਬੰਦ ਹੈ। ਇਹ ਇਟ ਇਜ਼ ਨੋਟ ਫੇਅਰ। ਔਰ ਮੈਂ ਸਮਝਦਾ ਉਹ ਪ੍ਰਸ਼ਾਸਨ ਆਪਣੇ ਆਪ ਨੂੰ ਕਰੈਕਟ ਕਰੇ ਅਤੇ ਇਸੇ ਵਿੱਚ ਹੀ ਸਾਡੀ ਭਲਾਈ। ਅੱਜ ਸੰਤ ਆਸ਼ਰਮ ਗੁਰਦੁਆਰਾ ਦੇ ਵਿੱਚ ਇੱਕ ਵੈਕਸੀਨੇਸ਼ਨ ਦਾ ਅਸੀਂ ਕੈਂਪ ਲਾਇਆ, ਜਿਹੜਾ ਕਿ DC ਸਾਹਿਬ ਨੇ ਵਪਾਰ ਮੰਡਲ ਨੂੰ ਬੁਲਾ ਕੇ ਕਿਹਾ ਸੀ ਕਿ ਆਪ ਆਪਣੇ ਜਗ੍ਹਾ 'ਤੇ ਲਗਾਓ। ਉਹ ਮੁੱਦੇ ਅਸੀਂ ਲਗਾਇਆ, ਮਗਰ ਹਾਲਾਤ ਇਹ ਹੋਈ ਕਿ ਜਿਸ ਵੇਲੇ ਸਾਰੇ ਵੈਕਸੀਨੇਸ਼ਨ ਲਵਾਉਣ ਆਏ ਤਕਰੀਬਨ 45 ਸਾਲ ਤੋਂ ਛੋਟੇ ਜਿਹੜੇ ਆ ਨਾ ਬੜੇ ਡਿਸਹਾਰਟਿਡ ਹੋ ਕੇ ਗਏ ਔਰ ਬਹੁਤ ਜ਼ਿਆਦਾ ਗੁੱਸੇ 'ਚ ਗਏ। ਮੈਂ ਸਰਕਾਰ ਅੱਗੇ ਇਹੋ ਹੀ ਕਹਿੰਦਾ ਵਾਂ ਕਿ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਹੁੰਦੀਆਂ ਪਈਆਂ ਹੈ? ਸ਼ਹਿਰ ਦੇ ਵਿੱਚ ਕਈ ਇਸ ਵੇਲੇ ਲੱਗੇ ਦੇ ਨੇ ਜਿਹਦੇ 'ਚ 18 ਸਾਲ ਦਾ ਵੀ ਬੱਚੇ ਦੀ ਜਿਹੜੀ ਹੈ ਵੈਕਸੀਨੇਸ਼ਨ ਹੋ ਰਹੀ ਹੈ, ਮਗਰ ਸਾਡੇ ਨਾਲ ਇਹ ਕੰਮ ਕਿਉਂ ਕੀਤਾ? ਔਰ ਜੇ ਹਾਈ ਅਥਾਰਟੀ ਨਾਲ ਗੱਲ ਕੀਤੀ ਤਾਂ ਹਾਈ ਅਥਾਰਟੀ ਨੇ ਵੀ ਸਾਨੂੰ ਬਹੁਤ ਰੂਡਲੀ ਜਵਾਬ ਦਿੱਤਾ। ਮੈਂ DC ਸਾਹਿਬ ਨੂੰ, MLA ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਜਾਂ ਤਾਂ ਇੱਕੋ ਤਰ੍ਹਾਂ ਦੇ ਸਾਰੇ ਰੱਖੋ ਕਿ ਵੀ ਇੱਥੇ ਇੱਕੋ ਜਗ੍ਹਾ ਦੇ ਉੱਤੇ ਇਹ ਲੱਗਣਗੇ, ਹੋਰ ਕੋਈ ਲੱਗਾ। ਮੈਂ ਖੁਦ ਦੇਖ ਕੇ ਆਇਆ ਵਾਂ ਕਿ ਦੂਸਰੇ ਹੋਰ ਕੈਂਪ ਦੇ ਵਿੱਚ 18 ਸਾਲ ਦੇ ਬੱਚੇ ਨੂੰ ਵੀ ਬੜੀ ਈਜ਼ੀਲੀ ਲੱਗਦਾ ਪਿਆ ਵਾ, ਮਗਰ ਸਾਡੇ ਇੱਥੇ ਰਿਸਟ੍ਰਿਕਸ਼ਨ ਸੀ ਨਾ ਫਰੰਟ ਲਾਈਨ ਵਾਲਿਆਂ ਦਾ ਲੱਗੇਗਾ ਔਰ ਨਾ ਹੀ ਇੱਥੇ ਜਿਹੜਾ ਵਾ 45 ਸਾਲ ਤੋਂ ਥੱਲੇ ਦਾ ਕਿਸੇ ਲੱਗੇਗਾ। ਸੋ ਮੈਂ ਇਹ ਫਿਰ ਇਹਨਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਇਹਦੇ ਵੱਲ ਧਿਆਨ ਕਰੋ ਤਾਂ ਕਿ ਜੇ NGOs ਕੰਮ ਕਰਦੇ ਪਈ ਹੈ, ਇਸ ਤੋਂ ਬਾਅਦ ਜੇ ਇਹੋ ਜਿਹੀ ਹਾਲਤ ਹੋਏਗੀ ਤਾਂ NGOs ਵੀ ਪਿੱਛੇ ਹੋ ਜਾਏਗੀ, ਫਿਰ ਸਰਕਾਰ ਆਪੇ ਆਪਣਾ ਕੰਮ ਕਰਦੀ ਰਹੇ। ਧੰਨਵਾਦ। ਅੱਜ ਸੰਤ ਆਸ਼ਰਮ ਸਕੂਲ 'ਚ ਵਪਾਰ ਮੰਡਲ ਨੇ ਜਿਹੜਾ ਉਹ ਵੈਕਸੀਨ ਦਾ ਕੈਂਪ ਲਗਾਇਆ, ਉਹਦੇ ਲੋਕਾਂ ਦਾ ਤਾਂ ਬਹੁਤ ਰੁਝਾਨ ਹੈ, ਲੇਕਿਨ ਜਿੱਦਾਂ ਪਹਿਲੇ ਗੱਲ ਕਰੀ ਹੈ ਕਿ ਵੀ 18 ਤੋਂ 45 ਸਾਲ ਤੱਕ ਜਿਹੜੇ ਨੇ ਕੁਛ ਪੇਸ਼ੈਂਟਸ ਜਿਹੜੇ ਆ ਰਹੇ ਨੇ ਲਗਵਾਉਣ ਵਾਸਤੇ ਇੰਜੈਕਸ਼ਨ, ਉਹਨਾਂ ਨੂੰ ਫੈਸਿਲਿਟੀ ਨਹੀਂ ਮਿਲ ਰਹੀ। ਲੇਕਿਨ ਪਠਾਨਕੋਟ ਸ਼ਹਿਰ 'ਚ ਕੁਛ ਐਸੀ ਥਾਵਾਂ 'ਤੇ ਕੁਛ ਪ੍ਰਾਈਵੇਟ ਕੈਂਪ ਲੱਗ ਰਹੇ ਨੇ ਜਿਹੜੇ ਕਿ ਵੀ ਜਿੱਥੇ 18 ਤੋਂ 45 ਤੱਕ ਜਿਹੜੀ ਵੈਕਸੀਨ ਲੱਗ ਰਹੀ ਹੈ। ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ, ਅਸੀਂ ਤਾਂ ਸਰ ਸੇਵਾ ਭਾਵਨਾ ਦੇ ਵਿੱਚ ਜਿੱਦਾਂ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਾਰੇ ਪੰਜਾਬ 'ਚ ਲੰਗਰ ਦੀ ਮੁਹਿੰਮ ਜਿਹੜੇ ਕੋਵਿਡ ਦੇ ਪੇਸ਼ੈਂਟਸ ਨੇ ਉਹਨਾਂ ਵਾਸਤੇ ਚਲਾਈ ਹੈ, ਅਸੀਂ ਉਹਦੇ ਤਹਿਤ ਪਠਾਨਕੋਟ ਦੇ ਵਿੱਚ ਅਸੀਂ ਇਸ ਕੈਂਪ ਦੇ ਵਿੱਚ ਜਿਹੜੇ ਵਲੰਟੀਅਰਸ ਆਏ ਨੇ ਉਹਨਾਂ ਨੂੰ ਦੁਪਹਿਰ ਦਾ ਜਿਹੜਾ ਭੋਜਨ ਹੈ, ਜਿਹੜਾ ਲੰਗਰ ਹੈ, ਉਹ ਸੇਵਾ ਦੇ ਤਹਿਤ ਅਸੀਂ ਉਹ ਮੁਹੱਈਆ ਕਰਾਉਣ ਆਏ ਹਾਂ। ਲੇਕਿਨ ਮੇਰੀ ਐਡਮਿਨਿਸਟ੍ਰੇਸ਼ਨ ਨੂੰ ਇਹ ਬੇਨਤੀ ਹੈ ਕਿ ਇੱਕ ਐਸਾ ਸਿਸਟਮ ਕੋਈ ਡਿਵੈਲਪ ਕਰਨ ਜਿਹਦੇ ਦੇ ਵਿੱਚ ਸਾਰੇ ਹੀ ਜਿਹੜੇ ਵਲੰਟੀਅਰਸ ਨੇ 18 ਤੋਂ ਦੂਜੇ ਵੀ ਆ ਰਹੇ ਨੇ ਉਹਨਾਂ ਨੂੰ ਵੀ ਪੂਰਨ ਤਿਆਰ ਇੰਜੈਕਸ਼ਨ ਲੱਗਣ, ਜਾਂ ਤਾਂ ਸਾਰੇ ਨਾਲ ਲੱਗਣ ਜਾਂ ਲੱਗਣ ਤਾਂ ਸਾਰੀ ਥਾਂ 'ਤੇ ਲੱਗਣ। ਫਾਸਟਵੇ ਪਠਾਨਕੋਟ ਕੀ ਹਰ ਖਬਰ ਕੋ ਸੋਸ਼ਲ ਮੀਡੀਆ ਪਰ ਦੇਖਨੇ ਕੇ ਲੀਏ ਆਪ ਫਾਸਟਵੇ ਨਿਊਜ਼ ਪਠਾਨਕੋਟ ਦੇ YouTube ਚੈਨਲ, Facebook ਪੇਜ ਕੋ ਲਾਈਕ ਕੀਜੀਏ,
ट्विटर और इंस्टाग्राम पेज को फॉलो कीजिए और फास्टवे न्यूज़ पठानकोट यूट्यूब चैनल को सब्सक्राइब करना ना भूलें।